ਹਾਂਜੀ ਸਟੂਡੈਂਟ ਵੈਲਕਮ ਟੂ ਅਲੋਦੀਸ ਵਕਤ ਤੇ ਤੁਹਾਡੇ ਆਪਣੇ ਚੈਨਲ ਐਮਐਸ ਕੱਜ ਸਟੱਡੀ ਦੇ ਵਿੱਚ ਗੱਲ ਕਰਾਂਗੇ ਅੱਜ ਦਾ ਲੈਕਚਰ ਇਸ ਲੈਕਚਰ ਨੂੰ ਅਸੀਂ ਕਿਉਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਹ ਸਵਾਲ ਪੈਦਾ ਹੁੰਦਾ ਅਸੀਂ ਪੰਜਾਬੀ ਮਾਸਟਰ ਗ੍ਰੈਡ ਦੀ ਤਿਆਰੀ ਕਰ ਰਹੇ ਹਾਂ ਜਾਂ ਅਸੀਂ ਪੰਜਾਬੀ ਲੈਕਚਰਾਰ ਦੀ ਤਿਆਰੀ ਕਰ ਰਹੇ ਹਾਂ ਠੀਕ ਹੈ ਇਹ ਦੋਨਾਂ ਵਾਸਤੇ ਹੀ ਕਲਾਸ ਹੈਗੀ ਆ ਤੇ ਇਸ ਕਲਾਸ ਨੂੰ ਡੇਲੀ ਦੇਖਿਆ ਕਰੋ 75 ਨੰਬਰ ਲੈਕਚਰ ਹੈਗਾ ਇਸ ਤੋਂ ਪਹਿਲਾਂ ਆਪਣੀਆਂ ਕਲਾਸਾਂ ਹੋ ਚੁੱਕੀਆਂ ਇਹ ਕਲਾਸ ਡੇਲੀ ਲਾਈਵ ਹੁੰਦੀ ਆ 5 ਵਜੇ ਸ਼ਾਮ ਨੂੰ ਤੇ ਅੱਜ ਆਪਾਂ ਕਲਾਸ ਅਜ 프리ਮੀਅਰ ਕਰ ਰਹੇ ਹਾਂ ਪਰ ਅੱਜ ਤੁਹਾਨੂੰ ਕਲਾਸ ਲਾਈਵ ਦੇ ਵਾਂਗੂ ਹੀ ਲਗ ਰਹੀ ਹੋਊਗੀ ਪਰ ਤੁਸੀਂ ਆਨਸਰ ਕਰਨਾ ਹਰ ਇੱਕ ਕੁਐਸਚਨ ਦਾ ਆਪਣਾ ਸੋਚਣਾ ਥੋੜਾ ਜਿਹਾ ਵੀਡੀਓ ਨੂੰ ਪੋਜ਼ ਕਰਨਾ ਪੋਜ਼ ਕਰਕੇ ਤੁਸੀਂ ਆਨਸਰ ਕਰਨਾ ਤਾਂ ਕਿ ਤੁਸੀਂ ਐਜ਼ ਅ ਲਾਈਵ ਵਾਂਗੂ ਹੀ ਕਰੋ ਚਲੋ ਜੀ ਸਟਾਰਟ ਕਰਦੇ ਹਾਂ ਅੱਜ ਦਾ ਫਰਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕਹਿੰਦੇ ਵੀ ਕੀ ਇਹ ਹੁਸਨ ਹੁਸਨ ਹੈ ਸੱਚ ਹੁਸਨ ਹੁਸਨ ਹੈ ਸੱਚਮੁੱਚ ਜਾਂ ਇਹ ਉਂਝ ਛਲਦਾ ਹੈ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ ਹੈ ਇਹ ਇੱਥੇ ਲਿਖਿਆ ਹੈ ਕਾਬ ਸਤਰ 17 ਕਾਬ ਸਤਰ ਹੈ ਇਹ ਤਾਜ ਮਹਿਲ ਕਾਬ ਸਤਰ ਚੋਂ ਲਿਆ ਗਿਆ ਤਾਜ ਮਹਿਲ ਇੱਕ ਕਪਤਾ ਹੈਗੀ ਹੈ ਉਹਦੇ ਵਿੱਚੋਂ ਲਿਆ ਗਿਆ ਇਹ ਜਿਹੜਾ ਲਾਈਨ ਜਾਂ ਸਤਰ ਕਹਿ ਸਕਦੇ ਹਾਂ ਤੇ ਹੈ ਕਿਸ ਦੀ ਹੈ ਪੁੱਛਿਆ ਗਿਆ ਬੀਤ ਸਿੰਘ ਦੀ ਹੈ ਭਾਈ ਵੀਰ ਸਿੰਘ ਜੀ ਨੂੰ ਬੋਲਦੇ ਆ ছাত্র ਇੱਕ ਤਨੀਦਮਾ ছাত্রਿਕ ਪੂਰਾ ਨਾਮ ਹੈ ਪ੍ਰੋਫੈਸਰ ਮੋਨ ਸਿੰਘ ਅਜਮਦਪ੍ਰੀਤਮ ਹੈ ਸਿੱਧਾ ਰਾਈਟ ਆਨਸਰ ਕੀ ਹੋਊਗਾ ਸਿੱਧਾ ਰਾਈਟ ਆਨਸਰ ਹੋਣਾ ਚਾਹੀਦਾ ਤੁਹਾਡਾ ਸੀ ਪ੍ਰੋਫੈਸਰ ਮੋਨ ਸਿੰਘ ਦੀ ਤਾਜ ਮਹਿਲ ਕਪਤਾ ਦੇ ਵਿੱਚੋਂ ਇਹ ਲਿਆ ਗਿਆ ਕਹਿ ਸਕਦੇ ਕਾਬ ਸਤਰ ਹੈਗੀ ਹੈ ਜਾਂ ਸਤਰ ਹੈ ਬੀ ਠੀਕ ਹੈ चलो जी अगला क्वेश्चन मैं हीरे हीरे आखे नी मुंडा लंबड़ा यह किस लेखक की रचना है कल आपा पढ़िया भी यह की है कल आप पढ़िया भी काव्यसत्र है ठीक है कल ए बारे आप भी का है बिल्कुल इस तरह का क्वेश्चन बनया से अपने को अच्छ पूछ रहे भी यह हीरे हीरे आखे नी मुंडा लंबड़ा यह लेखक की रचना है किसकी तोी आंसर करने तो पहला वीडियो में थोड़ा जा पोज करना सोचना ठीक है उस तो उसका आंसर आप खुद करना फिर चैक करना आंसर की है देखो ये पहली ऑप्शन है सुरजीत पात्र है दूसरी ऑप्शन है अवतार संधु पाश हैगा ठीक है तीसरी ऑप्शन हैगी शिव कुमार बटालवी है चौथी ऑप्शन हैगी हरभजन सि चैनल तो नवे है चैनल सबसक्राइब करो पहले क्या बटन दबो जिन्होंने हले तक भीडियो लाइक नहीं किया लाइक करो क्योंकि लाइक करने वीडियो डेली सामने आया करेगी ਚਲੋ ਜਦੋਂ ਵੀ ਤੁਸੀਂ YouTube ਨਾਲ ਖੋਲੋਗੇ ਤਾਂ ਤੁਹਾਡੇ ਸਾਹਮਣੇ ਕਲਾਸ ਡੇਲੀ ਨਵੀਂ ਮਿਲਿਆ ਕਰੂਗੀ ਤਾਂ ਲਾਈਕ ਕਰਨਾ ਇਹ ਵੀ ਫਾਇਦਾ ਹੁੰਦਾ ਲਾਈਕ ਕਰਨ ਨਾਲ ਕੋਈ ਇਹ ਨਹੀਂ ਹੈਗਾ ਵੀ ਟਾਲੇ ਟਿਕਨ ਲੱਗ ਜਾਂਦੇ ਆ ਵੀ ਪੰਜ ਪੰਜ ਦੇ ਠੀਕ ਆ ਵੀ ਅਸੀਂ ਝੋੜਾ ਪਰ ਲੈਨੇ ਆ ਬੋਰੀ ਪਰ ਲੈਨੇ ਆ ਲਾਈਕ ਕਰਨ ਦਾ ਮਤਲਬ ਇਹ ਵੀ ਸਾਡੀ ਵੀਡੀਓ ਤੁਹਾਡੇ ਕੋਲੇ ਆਉਣ ਲੱਗ ਜਾਂਦੀ ਹੈ ਡੇਲੀ ਤੁਹਾਨੂੰ ਬਸ ਖੋਲਣ ਦੀ ਜ਼ਰੂਰਤ ਹੈ ਮੰਨ ਲਓ YouTube ਖੋਲਿਆ ਤਾਂ ਤੁਹਾਡੇ ਸਾਹਮਣੇ ਜਰੂਰ ਕੋਈ ਨਵੀਂ ਵੀਡੀਓ ਤੁਹਾਡੇ ਸਾਹਮਣੇ ਆ ਜਾਏਗੀ ਤਾਂ ਲਾਈਕ ਨਾਲ ਇਹ ਹੁੰਦਾ ਠੀਕ ਆ ਕੋਈ ਜ਼ਿਆਦਾ ਲਾਈਕ ਦੀ ਵੱਡੀ ਗੱਲ ਨਹੀਂ ਤੇ ਇਸ ਲਈ ਲਾਈਕ ਕਰਿਆ ਕਰੋ ਚਲੋ ਜੀ ਮੈਨੂੰ ਹੀਰੇ ਹੀਰੇ ਆਖੀ ਨੇ ਇਹਦਾ ਰਾਈਟ ਆਨਸਰ ਹੋਊਗਾ 6 ਆਊਗਾ ਆ ਸੌਰੀ ਮਾਫ ਕਰਨਾ 6 ਵੀ ਹਾਂ 6 ਹੈਗਾ 6 ਕੁਮਾਰ ਬਟਾਲ ਵੀ ਇਹਗਾ ਠੀਕ ਹੈ ਕਾਬ ਸਤਰਾਵਦੀ ਅਗਲਾ ਚੰਨਨ ਦੀ ਫਲਕਾਰੀ ਤੋਪਾ ਕੌਣ ਪਰੇ ਇਹ ਕੋਈ 17 ਨੇ ਚੰਨਨ ਦੀ ਫਲਕਾਰੀ ਤੋਪਾ ਕੌਣ ਪਰੇ ਕਿਸ ਲੇਖਕ ਦੀ ਰਚਨਾ ਹੈ ਅੰਮ੍ਰਿਤਪ੍ਰੀਤਮ ਹੈ ਪ੍ਰੀਤਮ ਸਫੀਰ ਹੈ ਇਹ ਠੀਕ ਹੈ ਪ੍ਰੀਤਮ ਸਫੀਰ ਪੁਰਾਣਾ ਪ੍ਰੋਫੈਸਰ ਮੋਹਨ ਸਿੰਘ ਹੈ ਜਾਂ ਭਾਕ ਸਿੰਘ ਹੈ ਸੋ ਇਹਦਾ ਰਾਈਟ ਆਨਸਰ ਕੀ ਹੋਊਗਾ चलो जी आंसर कर आंसर है अमृता प्रीतम होएगा राइस, ए अगला क्वेश्चन फुलकारी रमांकती फुलकारी हरभजन सिंह अमृता प्रीतम सफीर है सिंह है, 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 है चलो जी ए राइट आंसर आप हरभजन सिंह आऊगा उसकी यह रचना हैगी असल है कविता ही नेक्स्ट अगला क्वेश्चन स्क्रीन पे है अः माए नी माए ਮਾਇਨੀ ਮੈਂ ਮੈਂ ਇੱਕ ਸ਼ਿਕਰਾਜਾਰ ਬਣਾਇਆ ਉਸਦੇ ਸਿਰ ਤੇ ਕਲੰਗੀ ਪੈਰੀ ਝਾਂਜਰ ਉਹ ਚੋਗ ਚੋਗੀ ਦਾ ਆਇਆ ਚੋਗੀ ਦਾ ਆਇਆ ਠੀਕ ਹੈ ਤਾਂ ਇਹ ਕਿਸ ਕਾਵ ਸਬਰ ਸਤਰ ਹੈ ਕਿਸ ਦੀ ਮੰਨ ਲਓ ਕਾਵ ਸਤਰ ਹੈ ਤੇ ਸਵਰ ਲਿਖਿਆ ਪਿਆ ਸਵਰ ਲਿਖਿਆ ਪਿਆ ਥੋੜਾ ਜਿਹਾ ਸਵਰ ਨਹੀਂ ਉਹ ਸਤਰ ਆਊਗਾ ਠੀਕ ਹੈ ਥੋੜੀਆਂ ਮਿਸਟੇਕ ਨੇ ਤੈ ਆਪਣੇ ਆਪ ਹੀ ਅਸੀਂ ਸਮਝ ਜਾਾਂਗੇ ਤੁਗਲ ਸ਼ਿਵ ਕੁਮਾਰ ਹੋਏਗਾ ਪ੍ਰੋਫੈਸਰ ਮੋਹਨ ਸਿੰਘ ਹੈ ਅੰਬਰਤਾ ਪ੍ਰੀਤਮ ਜੀ ਪ੍ਰੀਤਮ ਸਿੰਘ ਸਫੀਰ ਹੈ चलो ठीक होगा शिव कुमार बटाल भी ही आऊगा माए नी माए मैं एक शिकराजार बनाया ठीक है अगला क्वेश्चन अखी लगियां ना, ना मुड़न भीर मेरे भी अखा दबारा लगी ही नहीं कहने का मतलब ये है जो ध्यान पढ़ने ये किस लेखक की सत्र है मुकबल दारश की है शाह मोहम्मद भी हाशमी है ठीक है किसा आ गए बंद शाह मुहम्मद सूत्र ਜੰਗਨਾਮਾ ਲਿਖਣ ਵਾਲਾ ਬੰਦਾ ਆ ਗਿਆ ਤਾਂ ਹੁਣ ਇੱਥੇ ਰਚਨਾ ਤਾਂ ਆ ਪੁੱਛੀ ਵੀ ਅੱਖੀ ਲੱਗੀਆਂ ਮੁੜਨਾ ਵੀਰ ਮੇਰੇ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੋਊਗਾ ਵਾਰਿਸ ਸ਼ਾਹੀ ਹੀ ਰਚਨਾ ਹੈਗੀ ਹੈ ਵਾਰਿਸ ਸ਼ਾਹੀ ਠੀਕ ਹੈ ਵਾਰਿਸ ਸ਼ਾਹੀ ਹੀ ਹੀਰ ਜਿਹੜੀ ਸਭ ਤੋਂ ਵੱਧ ਮਕਬੂਲ ਹੋਈ ਹੈ ਤੇ ਸਭ ਤੋਂ ਵੱਧ ਹੀਰ ਜਿਹੜੀ ਪੜੀ ਲਿਖੀ ਗਈ ਉਹ ਵਾਰਿਸ ਸ਼ਾਹੀ ਦੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਵਾਰਿਸ ਤੇ ਇੱਕ ਫਿਲਮ ਵੀ ਬਣਾਈਆ ਗਰਦਾਸ ਮਾਨ ਨੇ ਤੁਰ ਪਤਾ ਨਹੀਂ ਵਾਰਿਸ ਸ਼ਾਹੀ ਅਗਲਾ ਜੇ ਤੂੰ ਇੱਕ ਤੋੜ ਕੇ ਲੈ ਗਈਓ ਤਾਂ ਇੱਕ ਜੋਗਾ ਰਹਿ ਜਾਸਾ ਓ ਵੀ ਪਲਕ ਚਲਕ ਦਾ ਮੇਲਾ ਨਸ ਜਾਈ ਠੀਕ ਹੈ ਤਾਂ ਇਹ 17 ਵੀ ਹੈਗੀਆਂ ਤੇ ਇਹ 17 ਕਿਸੀਆਂ ਨੇ ਮੋਹ ਸਿੰਘ ਨੇ ਭਾਈ ਵੀਰ ਸਿੰਘ ਨੇ ਚਾਤਰੀਕ ਨੇ ਜਾਂ ਅੰਮ੍ਰਿਤਪ੍ਰੀਤਮ ਨੇ ਇਹ ਉਹ ਉਹ ਪੌਂਡ 17 ਕਰਵਾ ਰਹੇ ਸਾਨੂੰ ਜਿਹੜੀਆਂ ਕਿ ਤੁਹਾਡੇ ਐਗਜ਼ਾਮ ਚ ਆਉਂਦੀ ਸਵਾਭਨਾ ਹੁੰਦੀ ਹੈ ਤਾਂ ਭਾਈ ਵੀਰ ਸਿੰਘ ਆਊਗਾ ਤੁਸੀਂ ਬਹੁਤ ਸਾਰਿਆਂ ਨੇ ਭਾਈ ਵੀਰ ਸਿੰਘ ਬਾਰੇ ਕਿੰਨੇ ਕੁਐਸਚਨ ਪੜੇ ਹੋਣੇ ਤਾਂ ਇਹ ਚੀਜ਼ਾਂ ਕਈ ਵਾਰੀ ਨਹੀਂ ਪੜੀਆਂ ਤਾਂ ਇਹ ਤੁਸੀਂ ਅੱਜ ਨੋਟ ਕਰਦੇ ਜਾਓ ਸੋ ਰਾਈਟ ਆਨਸਰ ਹੋਊਗਾ ਭਾਈ ਵੀਰ ਸਿੰਘ ਆਊਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਜਦੋਂ ਸੁੰਦਰਤਾ ਦਰਸ਼ਨ ਦੇਵੇ ਹਰ ਕੋਈ ਆਪਣੀ ਜਾਣੇ ਦੇਖੋ ਜਦੋਂ ਸੁੰਦਰਤਾ ਦਰਸ਼ਨ ਦੇਵੇ ਹਰ ਕੋਈ ਆਪਣੀ ਜਾਣੇ ਇਹ ਕਿਸ ਲੇਖਕ ਦੀ ਸਤਰ ਹੈ ਪ੍ਰੋਫੈਸਰ ਮੋਨ ਸਿੰਘ ਹੈ ਚਾਤਰਿਕ ਹੈ ਤਨੀਰਾਮ ਚਾਤਰਿਕ ਜਿਹਨੂੰ ਬੋਲਦੇ ਆਂ ਅਸੀਂ ਭਾਈ ਵੀਰ ਸਿੰਘ ਆ ਜਾਂ ਵਰਤਾਪ੍ਰੀਤਮਾ ਸੋ ਇਹਦਾ ਰਾਈਟ ਅਨਸਰ ਕੀ ਹੋਊਗਾ ਭਾਈ ਵੀਰ ਸਿੰਘ ਆਊਗਾ ਸੀ ਅਨਸਰ ਆਊਗਾ ਅਗਲਾ ਕੁਚਨ ਤੁਹਾਡੀ ਸਕਰੀਨ ਤੇ ਮਾਮਾ ਤੇ ਧੀਆਂ ਦੀ ਦੋਸਤੀ ਟੁੱਟਦੀ ਏ ਕਹਰਾਂ ਦੇ ਨਾਲ ਠੀਕ ਹੈ ਮਾਮਾ ਤੇ ਧੀਆਂ ਦੀ ਦੋਸਤੀ ਟੁੱਟਦੀ ਏ ਕਹਰਾਂ ਦੇ ਨਾਲ ਤੇ ਇਹ ਕੀ ਹੈ ਪੁੱਛਿਆ ਗਿਆ ਇੱਕ ਲੋਕ गीत ਹੈ ਇੱਕ ਆਵਸਤਰ ਹੈ ਜਾਂ ਟੱਪਾ ਹੈ ਬੋਲੀ ਹੈ ਨਾ ਤਾਂ ਬੋਲੀ ਹੈ ਨਾ ਟੱਪਾ ਨਾ ਇਹ ਆਵਸਤਰ ਹੈ ਇੱਕ ਲੋਕ ਗੀਤ ਹੈ ਮਾਵਾ ਤੇ ਧੀਆਂ ਦੀ ਦੋਸਤੀ ਟੁੱਟਦੀ ਏ ਕਹਿਰਾਂ ਦੇ ਨਾਲ ਠੀਕ ਹੈ ਤੁਸੀਂ ਸਰਚ ਮਾਰ ਲਓ YouTube ਤੇ ਤੁਹਾਨੂੰ ਮਿਲ ਜੂਗਾ ਇੱਕ ਲੋਕ ਗੀਤ ਹੈ ਮਾਵਾ ਤੇ ਧੀਆਂ ਦੀ ਦੋਸਤੀ ਟੁੱਟਦੀ ਏ ਕਹਿਰਾਂ ਦੇ ਨਾਲ ਅਗਲਾ ਕੁਚਨ ਤੁਹਾਡੀ ਸਕਰੀਨ ਤੇ ਆ ਗਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਬੇ ਮੈਨੂੰ ਤੁਰਨਾ ਪਿਆ ਠੀਕ ਹੈ ਤਾ ਹੁਣ ਇਹਦਾ ਕੀ ਰਾਈਟ ਆਨਸਰ ਹੋਗਾ ਇਹ ਕਿਸ ਦੀ ਸ਼ਤਰ ਹੈ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਬੇ ਮੈਨੂੰ ਤੁਰਨਾ ਪਏ ਗੀਤ ਵੀ ਗਾਇਆ ਸਰਿੰਦਰ ਕੌਰ ਨੇ ਠੀਕ ਹੈ ਜਿਹਨੂੰ ਅਸੀਂ ਕੋਇਲ ਕਹਿੰਦੇ ਆ ਪੰਜਾਬ ਦੀ ਸਰਿੰਦਰ ਕੌਰ ਦਾ ਇਹ ਗੀਤ ਵੀ ਹੈ ਪਰ ਅਸਲ ਵਿੱਚ ਇਹ ਰਚਨਾ ਕਿਸ ਦੀ ਹੈ ਸ਼ਿਵ ਦੀ ਹੈ ਪਾਤਰ ਦੀ ਹੈ ਨੰਦ ਲਾਲ ਨੂਰਪੁਰੀ ਜਿਹੜਾ ਕਰਤਾਰ ਸਿੰਘ ਬਲਗਣ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਗਾ ਨੰਦ ਲਾਲ ਨੂਰਪੁਰੀ ਹੀ ਹੋਣਾ ਚਾਹੀਦਾ ਕਿਉਂਕਿ ਨੰਦ ਲਾਲ ਨੂਰਪੁਰੀ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਠੀਕ ਹੈ ਤੇ ਇਹਦਾ ਰਾਈਟ ਆਨਸਰ ਹੋਗਾ ਨੰਦ ਲਾਲ ਨੂਰਪੁਰੀ ਜਿਹੜਾ ਕਿ ਗੀਤਾਂ ਦਾ ਬਾਦਸ਼ਾਹ ਸੀ ਅਗਲਾ ਕੁਚੰਤਾ ਦੀ ਸਕਰੀਨ ਤੇ ਹੈ ਕਲਾਸ ਵਧੀਆ ਲੱਗ ਰਹੀ ਹੈ ਸਾਰੇ ਜਣ ਇੱਕ ਵਾਰੀ ਲਾਈਕ ਕਰ ਦਿਓ ਥੰਬਸ ਅਪ ਕਰ ਦਿਓ ਤੇ ਕਲਾਸ ਨੂੰ ਬਤ ਤੋਂ ਬਤ ਸ਼ੇਅਰ ਕਰਨਾ ਹੈ ਕਲਾਸ ਮਾਸਟਰ ਕੀ ਲੈਕਚਰ ਲੈਕਚਰਰ ਵਾਸਤੇ ਡੇਲੀ ਜਿਹੜੀ ਕਲਾਸ ਸਾਡੇ 5 ਵਜੇ ਲਾਈਵ ਹੁੰਦੀ ਹੈ ਚਲੋ ਜੀ ਚੂਰੀ ਕੁੱਟ ਉਹ ਖਾਵੇ ਨਾਹੀ ਅਸਾਂ ਦਿਲ ਦਾ ਮਾਸ ਖਵਾਇ ਇਹ ਗੁਰਦਾਸ ਮਾਨ ਨੇ ਵੀ ਗਾਈ ਆ ਇਹ ਆਪਣੇ ਸ਼ਾਇਦ ਜਿਹੜਾ ਨਿਊ ਦਾ ਛੱਲਾ Song ਆਇਆ ਸੀ ਉਹਦੇ ਵਿੱਚ ਇਹ ਗੱਲ ਉਹਨੇ ਹੀ ਲਿਖੀ ਹੈ ਚੂਰੀ ਕੁੱਟਿਓ ਖਾਂਦਾ ਹੀ ਨਹੀਂ ਅਸਾਂ ਦਿਲ ਦਾ ਮਾਸ ਖਵਾਇ ਐਦਾਂ ਗਾਉਂਦਾ ਠੀਕ ਹੈ ਤੇ ਕਿਸ ਦੀਆਂ ਸਤਰਾਂ ਹੈ ਇਹ ਸ਼ਿਵ ਕੁਮਾਰ ਦੀਆਂ ਨੇ ਇਹ ਪਾਤਰ ਦੀਆਂ ਨੇ ਜਾਂ ਨੂਰਪੁਰੀ ਦੀਆਂ ਨੇ ਜਾਂ ਪਾਤਰ ਦੋਵਾਂ ਰਹੀ ਆਪਸ਼ਨ ਆ ਗਈ ਚਲੋ ਕੋਈ ਗੱਲ ਨਹੀਂ ਤਾਂ ਆਨਸਰ ਆਪਣਾ ਇਹਦੇ ਕੋਈ ਇੱਕ ਮਿਲ ਹੀ ਜਾਊਗਾ ਠੀਕ ਹੈ ਮੰਨ ਲਓ ਇੱਕ ਆਪਸ਼ਨ ਕੱਢ ਦੋ ਫਿਰ ਵੀ ਤਿੰਨ ਚਾਂਸਰ ਹੋਊਗਾ ਚੂਰੀ ਕੁਟਾਉ ਖਾਵੀ ਨਾ ਅਸਾਂ ਦਿਲ ਦਾ ਮਾਸ ਖਵਾਏ ਸੋ ਗਮ ਦੀਆਂ ਗੱਲਾਂ ਕੌਣ ਕਰਦਾ ਸੀ ਸ਼ਿਵ ਕੁਮਾਰ ਕਰਦਾ ਸੀ ਸਾਨੂੰ ਪਤਾ ਹੀ ਹੈ ਇਸ਼ਕ ਮੁਸ਼ਕ ਦੀਆਂ ਗੱਲਾਂ ਸ਼ਿਵ ਕੁਮਾਰ ਆਊਗਾ ਤਾਂ ਰਾਈਟ ਆਨਸਰ ਆਊਗਾ A ਅਗਲਾ ਕੁਚਨ ਤੁਹਾਡੀ ਸਕਰੀਨ ਤੇ ਹੈ ਇੱਕ ਅਡਾਰੀ ਮਾਰੀ ਐਸੀ ਉਹ ਮੁੜ ਬਤਨੀ ਨਾ ਆਇਆ ਕਿਸ ਦੀ ਸਤਰ ਹੈ ਇੱਕ ਕਹਿੰਦੇ ਅਡਾਰੀ ਮਾਰੀ ਐਸੀ ਉਹ ਮੁੜ ਬਤਨੀ ਨਾ ਆਇਆ ਪਾਤਰ ਹੈ ਹਸਜੀਤ ਪਾਤਰ ਹੈ سفیر ਹੈ ਜਾਂ ਸ਼ਿਵ ਹੈ ਜਬ ਹੋਣਾ ਇਹਦਾ ਰਾਈਟ ਆਨਸਰ ਕੀ ਹੋਊਗਾ ਵੀਡੀਓ ਨੂੰ ਪੋਜ਼ ਕਰੋ ਸੋਚੋ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਚਲੋ ਜੀ ਆਨਸਰ ਹੈਗਾ ਸ਼ਿਵ ਕੁਮਾਰ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਦੀਆਂ ਗਮ ਵਾਲੀਆਂ ਇਸ਼ਕ ਮੁਸ਼ਕਲੀਆਂ ਗੱਲਾਂ ਤਾਂ ਇਹਨੂੰ ਰੰਗ ਰਗੀਲਾ ਸ਼ਾਇਰ ਕਹਿੰਦੇ ਆ ਸ਼ਿਵ ਨੂੰ ਸਿੱਧੀ ਗੱਲ ਹੈ ਠੀਕ ਹੈ ਰੰਗ ਰਗੀਲਾ ਸ਼ਾਇਰ ਇਹਨੂੰ ਕਹਿ ਦਿੰਦੇ ਆ ਤਾਂ ਰਾਈਟ ਆਨਸਰ ਇਹਦਾ ਸ਼ਿਵ ਆਊਗਾ ਅਗਲਾ ਪੰਜਾਬ ਦੇ ਜਵਾਨ ਮੌਤ ਨੂੰ ਮੁਖੌਲਾ ਕਰਨ ਕਿਸ ਲੇਖਕ ਦੀਆਂ ਸਤਰਾਂ ਨੇ ਠੀਕ ਹੈ ਬਿਲਕੁਲ ਕਰਨਾ ਚਾਹੀਦਾ ਸਾਨੂੰ ਪੰਜਾਬ ਦੇ ਜਵਾਨ ਮੌਤ ਨੂੰ ਮਖੌਲਾਂ ਕਰਨ ਕਿਸ ਲੇਖਕ ਦੀਆਂ ਸਤਰਾਂ ਨੇ ਪੰਜਾਬ ਦੇ ਜਵਾਨ ਇੱਕ ਕਵਿਤਾ ਵੀ ਹੈ ਤੇ ਮੋਹਨ ਸਿੰਘ ਦੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਪਾਤਰ ਦੀਆਂ ਯਾਤ੍ਰਿਕ ਦੀਆਂ ਰਾਈਟ ਆਨਸਰ ਹੋਣਾ ਚਾਹੀਦਾ ਤੁਹਾਡਾ ਪ੍ਰੋਫੈਸਰ ਪੂਰਨ ਸਿੰਘ ਜਿਨੇ ਕਿ ਖੁੱਲੀ ਕਵਤਾ ਸ਼ੰਦਬੰਦ ਸ਼ੰਦ ਮਲ ਖੁੱਲੀ ਕਵਤਾ ਲਿਖਣ ਦੀ ਨੇ ਪ੍ਰਤੀ ਸ਼ੰਦ ਮੁਕਤੇ ਨੇ ਕਪਤਾ ਲਿਖਣ ਦੀ ਪ੍ਰਤੀਤ ਰੀਤ ਪਾਈ ਹੈਗੀ ਆ ਭਾਵ ਖੁੱਲੀ ਕਵਤਾ ਜਿਹਦੇ ਵਿੱਚ ਕੋਈ ਸ਼ੰਦ ਨਹੀਂ ਵਰਤੇ ਜਾਊਗਾ ਠੀਕ ਹੈ ਤਾਂ ਇਹ ਉਹੀ ਪ੍ਰੋਫੈਸਰ ਪੂਨ ਸਿੰਘ ਹੈ ਇਹ ਪ੍ਰੋਫੈਸਰ ਪੂਨ ਸਿੰਘ ਦੇ ਆਪਾਂ ਨੂੰ ਪਤਾ ਖੁੱਲੇ ਘੁੰਡ ਖੁੱਲੇ ਅਸਮਾਨੀ ਰੰਗ ਖੁੱਲੇ ਲੇਖ ਠੀਕ ਹੈ ਤਾਂ ਇਹਦੀਆਂ ਕੁਝ ਖੁੱਲੇ ਦਾ ਜਿਹੜਾ ਲੇਖ ਹੈ ਤੋਂ ਇਹਦਾ ਇੱਕ ਨਵੰਦ ਸੰਗ੍ਰਹਿ ਆ ਇਹਦੇ ਖੁੱਲੇ ਢੰਡ ਖੁੱਲੇ ਸਮਾਨੀ ਰੰਗ ਤੇ ਇੱਕ ਹੋਰ ਹੈ ਮੇਰੇ ਹੁਣ ਮਾਈਂਡ ਚ ਨੂੰ ਤੁਸੀਂ ਦੱਸ ਦਿਓ ਕਮੈਂਟ ਕਿ ਉਹ ਇਹਦੀਆਂ ਕਾਪਸ ਸੰਗ੍ਰਹਿ ਆ ਹਨਾ ਚਲੋ ਜੀ ਇਹਦੀ ਖੁੱਲੇ ਸਮਾਨੀ ਰੰਗ ਜਿਹੜੀ ਇੱਕ ਕਾਪਸ ਗ੍ਰਹਿ ਆਇਆ ਸੀ ਉਹ ਇਹਦੇ ਮਰਨ ਤੋਂ ਉਪਰੰਤ ਛਪਿਆ ਸੀ ਇਹ ਵੀ ਗੱਲ ਯਾਦ ਰੱਖਣੀ ਹੈ ਤੁਸੀਂ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਗਿਆ ਬਾਲਨਾਥ ਪਛਤਾਇਆ ਰਾਂਜੀ ਨੂੰ ਜੋਗ ਦੇ ਕੇ ਕਿ ਸਤਗੁਰਾਂ ਦੇ ਸਿੱਖ ਨੂੰ ਹੱਥ ਪਾਰ ਹੋਇਆ ਸੋ ਇਹਦਾ ਰਾਈਟ ਆਨਸਰ ਕੀ ਹੋਊਗਾ ਛਾਤਰੀ ਕੋਈ ਹੋਊਗਾ ਪ੍ਰੋਫੈਸਰ ਪੂਰਨ ਹੋਊਗਾ ਸ਼ਿਵ ਹੋਊਗਾ ਜਾਂ ਭਾਈ ਵੀਰ ਸਿੰਘ ਹੋਊਗਾ ਇਹ ਜਿਹੜੀਆਂ ਸਤਰਾਏ ਕਿਸ ਦੀਆਂ ਹੈਗੀਆਂ ਨੇ ਚਲੋ ਛੇ ਰਾਈਟ ਆਨਸਰ ਆਪਾਂ ਕਰ ਲੈਂ ਆ ਪ੍ਰੋਫੈਸਰ ਪੂਰਨ ਸਿੰਘ ਹੀ ਆਊਗਾ ਇਸ ਦਾ ਰਾਈਟ ਆਨਸਰ ਬੀ ਆਊਗਾ नैक्स क्वेश्चन है मुल पा तू सजना अपना मुल पा तू अपना किस दिया सत्राने? पातर दिया, शिव दर मोहन सिंह सिंह करोड़ कलास बद लगती है कह लग रहे हैं लाइक करना दबके शेयर करना सो यह राइट आंसर की रहेगा जी राइट आंसर होगा प्रोफेसर पूर्ण सिंह ही रहूगा एदीक है तो यह भी प्रोफेसर पूर्ण सिंह दत्रा है सोनिया तो जद विचरण लगीये दिल दिल गिरी खावे ਸੋ ਰਿਆ ਤੋ ਜਦ ਵਿਛਰਨ ਲੱਗੀਏ ਦਿਲ ਦਿਲ ਗੀਰੀ ਖਾਵੇ ਇਹ ਕਿਸ ਦੀਆਂ ਸਤਰਾਂ ਨੇ ਮੋਹਨ ਸਿੰਘ ਦੀਆਂ ਭਾਈ ਵੀਰ ਸਿੰਘ ਦੀਆਂ ਚਾਤਰਿਕ ਦੀਆਂ ਜਾਂ ਪੂਰਨ ਸਿੰਘ ਦੀਆਂ ਤਾਂ ਬਹੁਤ ਸਾਰੇ ਨੇ ਨਹੀਂ ਸੁਣਿਆ ਹੋ ਬਹੁਤ ਸਾਰੇ ਨੇ ਸੁਣਿਆ ਹੋ ਚਲੋ ਕੋਈ ਗੱਲ ਨਹੀਂ ਆਪਾਂ ਜਵਾਬ ਅਨਸਰ ਕਰ ਲੈਨੇ ਆ ਰਾਈਟ ਅਨਸਰ ਹੋਊਗਾ ਭਾਈ ਵੀਰ ਸਿੰਘ ਹੈ ਰਾਈਟ ਅਨਸਰ ਬੀ ਆਊਗਾ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਠੀਕ ਹੈ ਗਲਾਬ ਦਾ ਫੁੱਲ ਦਾ ਤੁਸੀਂ ਸੁਣੀ ਹੋਣਾ ਇਹ ਗਲਾਬ ਦਾ ਫੁੱਲ ਇੱਕ ਕਵਿਤਾ ਹੈ ਕਵਿਤਾ ਕੀ ਦੀ ਹੈ ਪਾਈ ਵੀਰ ਸਿੰਘ ਦੀ ਤੇ ਆਨਸਰ ਵੀ ਫਿਰ ਕਿਹੜਾ ਆਉਣਾ ਚਾਹੀਦਾ ਹੈ ਪਾਈ ਵੀਰ ਸਿੰਘ ਆਉਣਾ ਚਾਹੀਦਾ ਰਾਈਟ ਆਨਸਰ ਹੋਊਗਾ ਏ ਪਾਈ ਵੀਰ ਸਿੰਘ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਗਿਆ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਅਸਾਂ ਧਾ ਗਲ ਬਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾਲ ਇਹ ਸਾਡੇ ਕੰਬ ਦੀ ਰਹੀ ਕਲਾਈ ਇਹ ਰਚਨਾ ਹੈਗੀ ਆ ਕੰਬ ਦੀ ਕਲਾਈ ਚ ਲਈ ਗਈ ਆ ਕੰਬ ਦੀ ਕਲਾਈ ਇੱਕ ਕਵਤਾ ਹੈਗੀ ਆ ਪਰ ਹੈ ਕਿਸ ਦੀ ਹੈ ਕੁਐਸਚਨ ਇਹੀ ਪੁੱਛਿਆ ਗਿਆ ਵੀ ਇਹ 17 ਕਿਸ ਦੀਆਂ ਨੇ ਤਾਂ ਇਹ ਆਊਗਾ ਪ੍ਰੋਫੈਸ ਸੌਰੀ ਭਾਈ ਵੀਰ ਸਿੰਘ ਰਾਈਟ ਅਨਸਰ ਇਹਦਾ ਵੀ ਸੀ ਆਊਗਾ ਠੀਕ ਹੈ ਜਿਨ੍ਹਾਂ ਨੂੰ ਕਲਾਸ ਵਧੀਆ ਲੱਗ ਰਹੀ ਹੈ ਕੁਐਸਚਨ ਵਧੀਆ ਰ ਅਗਲੇ ਤਾਂ ਕਲਾਸ ਨੂੰ ਲਾਈਕ ਕਰੋ ਦਬਕੇ ਸ਼ੇਅਰ ਕਰੋ ਮੈਂ ਬਾਰ ਬਾਰ ਬੋਲ ਰਿਹਾ ਤੁਹਾਨੂੰ ਠੀਕ ਹੈ ਚਲੋ ਦੁਨੀਆ ਦਾ ਦੁੱਖ ਦੇਖ ਦੇਖ ਹਿਲ ਭਰਦਾ ਆ ਦਿਲ ਭਰਦਾ ਭਰਦਾ ਜਾਂਦਾ ਕਿਸ ਕਵੀ ਦੀਆਂ ਸਤਰਾਂ ਨੇ ਕੂਰ ਸਿੰਘ ਦੀਆਂ ਨੇ ਮੋਹਨ ਸਿੰਘ ਦੀਆਂ ਨੇ ਪਾਈ ਵੀਰ ਸਿੰਘ ਦੀਆਂ ਯਾਤ੍ਰਿਕ ਦੀਆਂ ਠੀਕ ਹੈ ਥੋੜਾ ਜਿਹਾ ਸੋਚੋ ਵੀਡੀਓ ਨੂੰ ਪੋਜ਼ ਕਰੋ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਾਈਟ ਆਨਸਰ ਕਾ ਪਾਈ ਵੀਰ ਸਿੰਘ ਹੀ ਰਹੂਗਾ ਇਸ ਆਨਸਰ ਪਾਈ ਵੀਰ ਸਿੰਘ ਆਏਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈਗਾ ਜੇ ਮੈਂ ਜਉਂਦਾ ਜਾਗਦਾ ਪਰਤ ਆਇਆ ਰਖ ਸਾਈਂ ਦੀ ਮੈਨੂੰ ਬੁਲਾ ਛਟਿਓ ਇੱਕ ਕਿਸ ਦੀਆਂ 17 ਨੇ ਮੋਹਨ ਸਿੰਘ ਦੀਆਂ ਛੇਪ ਦੀਆਂ ਨੇ ਅੰਮ੍ਰਿਤਪ੍ਰੀਤ ਦੀਆਂ ਜਾਂ 77 ਦੀਆਂ ਨੇ ਠੀਕ ਹੈ ਤੇ ਇਸ ਵੀਡੀਓ ਦੇ ਐਂਡ ਟੈਕ ਇੱਕ ਇੱਕ ਗੱਲ ਸੁਣ ਕੇ ਜਾਇਆ ਕਰੋ ਹਰ ਇੱਕ ਗੱਲ ਤੁਹਾਡੇ ਵਾਸਤੇ ਬਹੁਤ ਕੀਮਤੀ ਤੇ ਬਹੁਤ ਮਹਣੇ ਰੱਖਦੀ ਹੁੰਦੀ ਹੈ ਚਲੋ ਜੀ ਆਨਸਰ ਹੋਊਗਾ ਇਹਦਾ ਪ੍ਰੋਫੈਸਰ ਮੋਹਨ ਸਿੰਘ ਹੋਊਗਾ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜਿੰਨਾ ਤੱਕ ਕਲਾਸ ਨਹੀਂ ਪਹੁੰਚਦੀ Delhi class ਦਾ ਜਿੰਨਾਂ ਕੋਲ ਲਿੰਕ ਨਹੀਂ ਪਹੁੰਚਦਾ ਇਹ ਆਪਣਾ Telegram channel ਹੈ MSW study ਇਹਨੂੰ ਤੁਸੀਂ ਜੁਆਇਨ ਕਰੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਲਿੰਕ ਮਿਲ ਜਾਊਗਾ ਤੇ ਮਾਸਟਰ ਜਿਹੜਾ SST ਚਾਹੇ ਪੰਜਾਬੀ ਦੀ ਤਿਆਰੀ ਕਰ ਰਹੇ ਦੋਨਾਂ ਵਾਸਤੇ ਉੱਥੇ ਕਲਾਸਾਂ ਪਾ ਦਿੱਤੀਆਂ ਨੇ ਲਿੰਕ ਪਾ ਦਿੱਤੇ ਜਾਂਦੇ ਆ ਤੇ ਜਿੰਨੇ ਵੀ ਇਹ ਕੁਐਸਚਨ ਹੈਗੇ ਉਹ ਕਿੱਥੇ ਮਿਲਣਗੇ ਉਸ ਨੂੰ ਦੱਸ ਦਿੰਦੇ ਆ ਤੇ 9878731752 ਇਸ ਨੰਬਰ ਤੇ ਤੁਸੀਂ WhatsApp ਮੈਸੇਜ ਕਰਕੇ ਆਪਣਾ ਨਾਮ ਲਿਖੋ ਸਬਜੈਕਟ ਲਿਖੋ ਡਿਸਟ੍ਰਿਕਟ ਲਿਖੋ ਜੈਂਡਰ ਲਿਖੋ ਤਾਨੂੰ ਬ੍ਰਾਡਕਾਸਟ ਗਰੁੱਪ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ ਜਿੱਥੇ ਤੁਹਾਡੇ ਨੰਬਰ ਦੀ ਪ੍ਰਾਈਵੇਸੀ ਹੋਗੀ ਡੇਲੀ ਤੁਹਾਡੇ ਕੋਲੇ ਕਲਾਸ ਦਾ ਲਿੰਕ WhatsApp ਤੇ ਵੀ ਆਉਂਦਾ ਰਹੂਗਾ ਤੇ ਹੋਰ ਜਿਹੜੀ ਪੋਸਟਾਂ ਵਾਲੀ ਜਾਣਕਾਰੀ ਜਾਂ 55% ਵਾਲੀ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਇਹ ਕੁਐਸਚਨ ਤੁਹਾਨੂੰ ਕਿੱਥੇ ਮਿਲਣਗੇ ਸੁਣ ਦੱਸ ਦਈਏ ਇਹ ਕੁਐਸਚਨ ਆਪਣੇ ਇਸ ਤਰ੍ਹਾਂ ਦੇ ਕੋਰਸ ਹੈਗੇ ਪੰਜਾਬੀ ਮਾਸਟਰਕੀਡ ਵਾਲਾ ਵਾਸਤੇ ਫੁੱਲ ਕੋਰਸ ਆਪਣਾ ਐਪ ਦੇ ਉੱਪਰ ਉੱਥੇ ਸਾਰੇ ਕੁਐਸਚਨ ਤੁਹਾਨੂੰ ਮਿਲ ਜਾਣਗੇ ਇਹ ਲਗਭਗ 5000 ਕੁਐਸਚਨ ਦੀ ਆਪਣੀ ਸੀਰੀਜ਼ ਦਾ ਮੈਥਡ ਹੈਗਾ ਪੂਰਾ ਠੀਕ ਹੈ ਸਿਰਫ ਇੰਨੀ ਫੀਸ ਦਾ ਪੈਂਟਿੰਗਸ ਉਹਦਾ ਕੋਰਸ ਹੈ 1 ਸਾਲ ਦੀ ਵੈਲਿਡਿਟੀ ਜਿੱਥੇ ਤੁਹਾਨੂੰ ਏ ਐਮਸੀਕਿਊ ਦੇ ਨਾਲ-ਨਾਲ ਥਿਉਰੀ 'ਚ ਹਰ ਇੱਕ ਟਾਪਿਕ ਕੰਪਲੀਟ ਮਿਲੂਗਾ ਹਰੇਕ ਤੇ ਵੀਡੀਓ ਲੈਕਚਰ ਬਣਿਆ ਹੋਇਆ ਮਿਲੂਗਾ ਹਰੇਕ ਦਾ ਪੀਡੀਐਫ ਥਿਉਰੀ ਨੋਟਸ ਮਿਲੂਗਾ ਠੀਕ ਹੈ ਤਾਂ ਇਸ ਕੋਰਸ ਦੀ 1 ਸਾਲ ਵੈਲਿਡਿਟੀ ਹੋਊਗੀ ਤੇ ਇਸ ਕੋਰਸ ਨੂੰ ਤੁਸੀਂ ਲੈ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉੱਥੇ ਤੁਹਾਨੂੰ ਇਸ ਤਰ੍ਹਾਂ ਕੰਟੈਂਟ ਮਿਲੂਗਾ ਜਿਵੇਂ ਐਸਐਸਟੀ ਮਾਸਟਰਕਿਟ ਦਾ ਆਪਾਂ ਇੱਥੇ ਸ਼ੋ ਕੀਤਾ ਇਸ ਤਰ੍ਹਾਂ ਪੰਜਾਬੀ ਮਾਸਟਰਕਿਟ ਦਾ ਵੀ ਬਿਲਕੁਲ ਸੇਮ ਹੋਊਗਾ ਉੱਥੇ ਡੈਮੋ ਕਲਾਸਾਂ ਦੇਖੋ ਇਸ ਤਰ ਔਰੀ ਟਾਪਿਕ ਹੋਣਗੇ ਮਿਕਸਡ ਐਮਸੀਕਿਊ ਆਲ ਪੀਆਈਕਿਊ 3000 ਪਲੱਸ ਐਮਸੀਕਿਊ ਲਿਖਿਆ ਇਥੇ ਠੀਕ ਹੈ ਪਰ ਤੁਹਾਨੂੰ ਕਿਹਾ ਵੀ 5000 ਤੱਕ ਹੀ ਲੈ ਜਾਗੇ ਅੱਡੀ ਖਿੱਚ ਕੇ ਆਲ ਟਾਪਿਕ ਰਿਕਾਰਡਡ ਵੀਡੀਓ ਲੈਕਚਰ ਤੁਹਾਨੂੰ ਹੋਣਗੇ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਫੀਸ ਤੇ ਵਧੀਆ ਕੰਟੈਂਟ ਜਿੱਥੇ ਮਰਜੀ ਤੁਸੀਂ ਮੈਚ ਕਰ ਸਕਦੇ ਤੁਹਾਨੂੰ ਆਪਣੇ ਇਸ ਕੋਰਸ ਦੇ ਰਾਹੀਂ ਮਿਲ ਜਾਊਗਾ ਸੋ ਇਹ ਅੱਜ ਦਾ ਲੈਕਚਰ ਸੀ ਵਧੀਆ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜਿਨ੍ਹਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲਈ ਕੰਟੈਕਟ ਕਰਨਾ ਹੈਗਾ ਆਪਣਾ ਇਹ ਨੰਬਰ ਹੋਊਗਾ 98787 3152 ਤੇ ਤੁਸੀਂ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਤੇ نیچے ਸਕਰੀਨ ਤੇ ਵੀ ਤੁਹਾਨੂੰ ਨੰਬਰ ਫਲੈਸ਼ ਹੋ ਰਿਹਾ ਸੋ ਅੱਜ ਦੀ ਕਲਾਸ ਕਿਵੇਂ ਲੱਗੀ ਸਾਰੇ ਜਣੇ ਦਬਕੇ ਲਾਈਕ ਕਰੋ ਸ਼ੇਅਰ ਕਰੋ ਰਾਤੀ 9:30 9 ਵਜੇ ਹੁਣ 9:30 ਨਹੀਂ 9 ਵਜੇ ਆਪਣੀ ਕਲਾਸ ਹੁੰਦੀ ਹੈ CDP ਦੀ ਜਿਹੜੀ KPSS ਟੈਟਪ ਬਨ ਤੇ ਪੀਸਟ 2 ਵਾਸਤੇ ਹੁੰਦੀ ਹੈ ਉੱਥੇ ਵੀ ਤੁਸੀਂ ਸਨੇਹਾ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਨੇ ਪੀਸਟ ਕੁਆਲੀਫਾਈ ਕਰਨਾ ਆਪਣੇ ਚੈਨਲ ਤੋਂ ਉਹ ਜੁੜ ਕੇ ਬਿਲਕੁਲ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਆ ਠੀਕ ਹੈ ਐਸਐਸਟੀ ਮਾਸਟਰਗੇਟ ਦੀ ਕਲਾਸ ਜਲਦੀ ਹੁਣ ਲਾਈਵ ਹੀ ਸਟਾਰਟ ਕਰਾਂਗੇ ਕਿਉਂਕਿ ਜਿਹੜੀ ਉਹਦੀ ਆਫਲਾਈਨ ਕਲਾਸ ਆਪਾਂ ਪਹਿਲਾਂ ਲਾਉਂਦੇ ਸੀ ਉਹ ਇੱਕ ਵਾਰੀ ਫਿਰ ਆਪਾਂ ਇੱਕ ਦੋ ਦਿਨਾਂ ਤੋਂ ਰੁਕੀ ਹੈ ਪਰ ਕੋਸ਼ਿਸ਼ ਆਪਣੀ ਹੈ ਕਿ ਉਹਦਾ ਲਾਈਵ ਦਾ ਟਾਈਮ ਆਪਾਂ ਬਹੁਤ ਜਲਦੀ ਕਰ ਰਹੇ ਹਾਂ ਤੁਹਾਡੇ ਵਾਸਤੇ ਠੀਕ ਹੈ ਜੀ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ ਅੱਜ ਦੀ ਕਲਾਸ ਵਧੀ